ਹਾਂਜੀ ਚੋਰੀ ਅਮਰ ਸਾਹਿਬ ਜੀ, ਇਹ ਤੁਹਾਡਾ ਪਲਾਟ ਹੈ ਜੀ? ਤੁਹਾਡੇ ਦੋਸਤ ਕਾਸ਼ਤਕਾਰ ਨੇ ਉਹਨਾਂ ਦਾ ਪਲਾਟ, ਕੀ ਨਾਮ ਜੀ? ਫਿਆਜ਼ ਸਾਹਿਬ, ਫਿਆਜ਼ ਸਾਹਿਬ ਦਾ ਪਲਾਟ ਹੈ। ਕਿੰਨਾ ਪਲਾਟ ਸੀ ਤੁਹਾਡਾ? ਸਵਾ ਦੋ। ਅੱਛਾ, ਸਵਾ ਦੋ ਏਕੜ। ਅਤੇ ਹੁਣ ਜਿਹੜੇ ਆਲੂ ਨਿਕਲੇ ਪਏ ਨੇ, ਤੁਹਾਡੇ ਖੁਸ਼ ਹੋ ਤੁਸੀਂ ਆਲੂ ਇਸ ਸੂਰਤ ਹਾਲ ਦੇਖ ਕੇ? ਤੁਸੀਂ ਦੱਸਿਆ 250 ਗੱਟੂ ਨਿਕਲ ਰਿਹਾ, 250 ਹੋ ਜਾਣਾ, ਜਿਹੜੀ ਤਾਦਾਦ ਬਰਾਈ ਹੋ ਰਹੀ ਹੈ, ਇਹ ਸਾਰੀ ਬਰਾਈ ਹੋ ਰਹੀ। ਇਹ ਜਨਾਬ 250, ਜ਼ਾਹਰ 250 ਬੈਗ ਹੋ ਜਾਵੇ ਤਾਂ ਇਹ ਅੱਛੀ ਹਾਈ ਲੈਵਲ ਦੀ ਪੈਦਾਵਾਰ ਸਮਝੀ ਜਾਂਦੀ। ਅਤੇ ਤੁਸੀਂ ਕੀ ਚੀਜ਼ਾਂ ਇਸਤੇਮਾਲ ਕਰਾਈਆਂ ਨੇ? ਐਗਰੀ ਫੋਰਸ ਦੀ ਸਾਰੀ ਚੀਜ਼ਾਂ ਇਸਤੇਮਾਲ ਕਰਿਆ ਅਮਰ ਸਾਹਿਬ ਜੀ? ਅਰਸ਼ ਆਪਣਾ ਅਖਤਰ ਸਾਹਿਬ ਦੱਸੋ ਕੀ ਚੀਜ਼ਾਂ? ਇਹ ਸਾਈਜ਼ ਜਿਹੜਾ ਆਲੂ ਦਾ ਬੜਾ ਜ਼ਿਆਦਾ ਹੈ, ਅੱਛਾ ਸਾਈਜ਼ ਹੈ, ਔਰ ਇਹਦੇ ਵਿੱਚ ਵੇਸਟ ਨਹੀਂ ਹੈ, ਗੋਲੀ ਬਹੁਤ ਘੱਟ ਹੈ। ਯਾਨੀ ਵੇਸਟ ਅਸੀਂ ਕਹਿੰਦੇ ਵੀ ਨਹੀਂ, ਜਾਂ ਬੀਜ ਦਾ ਸਾਈਜ਼ ਹੈ ਜਾਂ ਰਾਸ਼ਨ ਵਾਲਾ ਹੈ, ਇਸ ਲਈ ਇਹਨਾਂ ਦੇ ਗੱਟੂ 250 ਨਿਕਲੇ ਨੇ। ਕੀ ਯੂਜ਼ ਕਰਾਇਆ ਇਹਨਾਂ ਨੂੰ? ਤੁਸੀਂ ਫਿਆਜ਼ ਸਾਹਿਬ ਇੱਥੇ ਆਓ, ਇਹਨਾਂ ਦੇ ਨਾਲ ਆਓ, ਦੱਸੋ ਕੀ ਇਸਤੇਮਾਲ ਕਰਾਇਆ ਸਰ ਇਹਨਾਂ ਨੂੰ? ਜ਼ਮੀਨ ਦੀ ਤਿਆਰੀ ਦੇ ਵਿੱਚ ਥੱਲੇ ਖਾਦ ਨਾਲ ਜਿਹੜਾ ਅਮਰ ਸਾਹਿਬ ਤੁਸੀਂ ਦੱਸਣਾ, ਕਿਉਂਕਿ ਤੁਸੀਂ ਬਿੱਲ ਕੱਟੇ ਆ, ਤੁਸੀਂ ਇਸਤੇਮਾਲ ਕਰਾਏ ਨਾ ਚੀਜ਼ਾਂ ਜਿਹੜੀਆਂ ਨੇ, ਕੀ ਇਸਤੇਮਾਲ ਕਰਾਇਆ ਜੀ ਦੱਸੋ? ਜ਼ਮੀਨ ਦੀ ਤਿਆਰੀ 'ਚ ਇਹਨਾਂ ਨੂੰ ਖਾਦ ਨਾਲ ਆਰਗੈਨੋ ਫਿਟ ਪਵਾਈਏ ਜੀ, ਨਾਲ ਖਰਾਬ ਗਰੋਥ ਕਰੀਬ ਕਰਨ ਨਾਲ। ਅੱਛਾ, ਬੜਾ ਅੱਛਾ ਸਾਈਜ਼ ਆਲੂ ਦਾ ਹੈ, ਠੀਕ ਹੈ। ਜਦੋਂ ਗਰੋਥ ਹੋ ਗਈ ਇਹਨਾਂ ਦੀ ਜੀ, ਫਿਰ ਇਹਨਾਂ ਨੂੰ ਗੰਦ ਵਾਲੀ ਕਰਾਈਏ, ਹਰਬੋਟ ਇਸਤੇਮਾਲ ਕਰਾਈ, ਹਰਬੋਟ, ਠੀਕ ਹੈ। ਉਸ ਤੋਂ ਬਾਅਦ ਇਹਨਾਂ ਨੂੰ ਫੰਗਸ ਸਾਈਡ ਤੇ ਕਰਾਈਏ ਕਿਊਟ ਤੇ ਕਵਰੇਜ, ਕਿਊਟ ਤੇ ਕਵਰੇਜ ਮਿਲਾ ਕੇ। ਇਹ ਪਹਿਲਾ ਸਪਰੇ ਤੁਸੀਂ ਫੰਗਸ ਉਹਦੇ ਨਾਲ ਫਸਲ ਦੀ ਬੁਨਿਆਦ ਅੱਛੀ ਬਣਦੀ ਤੇ ਲੈ ਸੇ ਜਸਰ ਪੋਤਾ ਸੀ, ਉਸ ਬਾਰ ਰੂਟੀਨ ਹੈ ਜਿਹੜੇ ਹੈ, ਡਾਈਕੋ ਹੈ, ਫਰੈਸ਼ ਲੀਫ ਹੈ, ਸਾਰੇ ਪ੍ਰੋਡਕਟ ਕਰਾਏ ਨੇ, ਠੀਕ ਹੈ। ਸੈਲ ਪਰਫੈਕਟਰ ਫਲੱਡ ਕਰਾਇਆ, ਅੱਛਾ। ਐਂਡ ਤੇ ਜਿਹੜਾ ਆਖਰੀ ਸਪਰੇ ਹੈ ਐਜ਼ੋ ਟਾਪ ਪਲੱਸ ਕਿਊਟ ਦਾ, ਉਹ ਕਰਵਾਤਾ ਹੈ। ਲੇਕਿਨ ਇਹਦਾ ਜਿਹੜਾ ਸਾਈਜ਼ ਹੈ ਨਾਲੂ ਦਾ ਸਰ, ਉਹ ਸਿਰੇ ਗ੍ਰੀਨ ਫਾਸ ਔਰ ਰੂਟੋਜ਼ਿਮ ਕਰਾਉਣ ਨਾਲ ਇਤਨਾ ਅੱਛਾ ਸਾਈਜ਼ ਹੋਇਆ। ਆਖਰੀ ਖਾਦ ਤੁਸੀਂ ਕਰਾਈਏ ਗ੍ਰੀਨ ਫਾਸ, ਗ੍ਰੀਨ ਫਾਸ ਪਲੱਸ ਔਰ ਗ੍ਰੀਨ ਫਾਸ ਪਲੱਸ ਪਾਇਲਟ, ਪਾਇਲਟ ਇਹ ਕਰਾਇਆ ਤੁਸੀਂ? ਫਲੱਡ ਕਰਾਈਏ ਉੱਤੇ ਫੋਸ 30 ਦਾ ਸਪਰੇ, ਰੂਟੋਜ਼ਿਮ ਦਾ ਫੋਸ 30 ਡੋਜ਼ ਕਿਤਨੀ ਹੈ? ਉਹ ਸਰ ਜਿਹੜੀ ਹੈ ਇੱਕ ਪੈਕ 2 ਏਕੜ ਦੇ ਕਰਵਾਇਆ, 500 ml ਫੀ ਏਕੜ, ਤੇ ਰੂਟੋਜ਼ਿਮ, ਤੇ ਰੂਟੋਜ਼ਿਮ 500 ਗ੍ਰਾਮ ਫੀ ਏਕੜ। ਇਹ ਆਖਰੀ ਐਪਲੀਕੇਸ਼ਨ, ਆਖਰੀ ਰੂਟੀਨ ਸਪਰੇ ਹੁੰਦੇ ਰਹੇ ਨੇ, ਤੇ ਐਂਡ ਜਿਹੜਾ ਉਹ ਫੋਸ ਹੈ ਦੂਸਰੀ, ਪਾਇਲਟ ਪਲੱਸ ਗ੍ਰੀਨ ਫਾਸ, ਉਹ ਫਲੱਡਿੰਗ ਹੀ ਚਾਹੀਏ, ਠੀਕ ਹੈ। ਉਸ ਤੋਂ ਬਾਅਦ ਇਹ ਸਰ ਤੁਹਾਡੇ ਸਾਹਮਣੇ ਹੈ, ਲੇਕਿਨ ਇੱਕ ਸਾਨੂੰ ਰੂਟੋਜ਼ਿਮ ਔਰ ਫੋਸ 30 ਕਰਾਉਣ ਦਾ ਇਹ ਫਾਇਦਾ ਹੈ ਕਿ ਇਹਨਾਂ ਦੇ ਸਰ ਆਲੂ ਦਾ ਸਾਈਜ਼ ਬਹੁਤ ਪਿਆਰਾ ਹੈ, ਸਾਰੇ ਪ੍ਰੋਡਕਟ ਦੱਸੇ ਆ, ਚੀਜ਼ਾਂ ਇਸਤੇਮਾਲ ਕੀਤੀਆਂ, ਦਵਾਈਆਂ ਵੀ, ਖਾਦਾਂ ਵੀ, ਤੁਸੀਂ ਉਹਦੇ ਬਾਰੇ ਕੀ ਰਾਏ ਦਿੰਦੇ? ਹਾਂਜੀ, ਸਾਰੀਆਂ ਅੱਛੀਆਂ ਨੇ, ਅੱਛਾ ਰਿਜ਼ਲਟ ਆਇਆ, ਤੁਸੀਂ ਉਹ ਫਸਲ ਤੋਂ ਮੁਤਮਈਨ? ਟੋਟਲ ਪਲਾਟ ਵਿੱਚ ਐਗਰੀਫੋਰਸ ਦਾ ਪ੍ਰੋਡਕਟ ਹੈ, ਹੋਰ ਕੋਈ ਇੱਕ ਵੀ ਪੈਕ ਕਿਸੇ ਹੋਰ ਥੱਲੇ ਪਾਣੀ ਤੋਂ ਪਾਈ ਹੁੰਦੀ ਹੈ ਵੀ ਕਿਤੇ, ਸਾਰੀ ਆਹੋ ਹੀ ਕੀਤੀ, ਸਾਰੀ ਐਗਰੀਫੋਰਸ ਦੀ ਕੀਤੀ ਅਮਰ ਸਾਹਿਬ ਕੋਲ ਲੱਗੇ। ਅਮਰ ਸਾਹਿਬ ਜੀ ਸਰ, ਤੁਹਾਡੀ ਗਵਾਹੀ ਆ ਗਈ, ਬਿਲਕੁਲ ਜੀ, ਤੁਸੀਂ ਸਾਰੀ ਚੀਜ਼ਾਂ ਇਸਤੇਮਾਲ ਕਰਾਈਆਂ, ਸਾਰੀ ਚੀਜ਼ਾਂ ਇਸਤੇਮਾਲ ਕਰਾਈਆਂ। ਅੱਗੇ ਇਸ ਤੋਂ ਬਾਅਦ ਹੁਣ ਕਿਹੜੀ ਫਸਲ ਲਾ ਰਹੇ ਹੋ? ਮਕਾਈ ਲਾ। ਉਸ ਤੇ ਕੀ ਇਰਾਦਾ, ਕਿਹੜੀ ਚੀਜ਼ਾਂ ਇਸਤੇਮਾਲ ਕਰਨੀਆਂ ਨੇ? ਉਹਦੇ ਤੇ ਵੇਖ ਲਾਂ, ਜਿਹੜੀ ਖਾਦਾਂ ਤੁਸੀਂ ਆਲੂ ਤੇ ਪਾਈਆਂ, ਫਾਇਦਾ ਹੋਇਆ ਨਾ ਐਗਰੀਫੋਰਸ ਦੀਆਂ, ਤੇ ਅਗਰ ਉਹੀ ਖਾਦਾਂ ਤਰਤੀਬ ਨਾਲ ਬਿਜਾਈ ਦੇ ਵਿੱਚ ਤੇ ਅੱਗੇ ਫਸਲ ਦੇ ਵਿੱਚ ਤੁਸੀਂ ਪਾ ਲਓ, ਤੁਹਾਨੂੰ ਮੱਕੀ ਵੀ ਤੇ ਪੈਦਾਵਾਰ ਵਧਾ ਦੇਗੀ ਨਾ? ਮੱਕੀ ਤੋਂ ਉਹੀ ਚੀਜ਼ਾਂ ਇਸਤੇਮਾਲ ਕਰ ਲਓ, ਮੱਕੀ ਚ ਕਰ ਲਓ। ਓਕੇ।